ਇਸ ਸਿੰਥੈਟਿਕ ਜੈਲੀ ਨੂੰ ਬਣਾਉਣ ਲਈ ਤੁਹਾਨੂੰ ਬੋਰੈਕਸ, ਸਿੰਥੈਟਿਕ ਗੂੰਦ ਅਤੇ ਕੁਝ ਖਾਣੇ ਵਿੱਚ ਪਾਉਣ ਵਾਲਾ ਰੰਗ ਚਾਹੀਦਾ ਹੈ। ਥੋੜ੍ਹੀ ਜਿਹੀ ਸਿੰਥੈਟਿਕ ਗੂੰਦ ਡੋਂਗੇ ਵਿੱਚ ਪਾਓ ਅਤੇ ਉਸ ਵਿੱਚ ਓਨਾ ਹੀ ਪਾਣੀ ਮਿਲਾ ਦਿਓ। ਉਸ ਵਿੱਚ ਥੋੜ੍ਹਾ ਜਿਹਾ ਖਾਣ ਵਾਲਾ ਰੰਗ ਮਿਲਾ ਕੇ ਘੋਲ ਨੂੰ ਚੰਗੀ ਤਰ੍ਹਾਂ ਹਿਲਾਓ। ਬੋਰੈਕਸ ਨੂੰ ਇੱਕ ਹੋਰ ਡੋਂਗੇ ਵਿੱਚ ਪਾਓ, ਪਾਣੀ ਮਿਲਾਉਂਦੇ ਰਹੋ ਅਤੇ ਉਸ ਨੂੰ ਘੋਲਦੇ ਰਹੋ। ਜਿੰਨਾ ਚਿਰ ਤੁਹਾਡੇ ਕੋਲ ਬੋਰੈਕਸ ਘੁੱਲਣੋਂ ਬੰਦ ਨਹੀਂ ਹੋ ਜਾਂਦਾ, ਹੁਣ ਸਿੰਥੈਟਿਕ ਗੂੰਦ ਦੇ ਵਿੱਚ ਬੋਰੈਕਸ ਸਲਿਊਸ਼ਨ ਦੀਆਂ ਕੁਝ ਬੂੰਦਾਂ ਪਾਓ ਅਤੇ ਘੋਲ ਨੂੰ ਹਿਲਾਉਂਦੇ ਰਹੋ। ਛੇਤੀ ਹੀ ਘੋਲ ਜੈਲੀ ਵਿੱਚ ਬਦਲ ਜਾਵੇਗਾ। ਸਿੰਥੈਟਿਕ ਗੂੰਦ ਸਿੱਧੀ ਚੇਨ ਵਾਲਾ ਪੋਲੀਮਰ ਹੈ। ਬੋਰੈਕਸ ਪਾਉਣ ਨਾਲ ਇਹ ਕ੍ਰੋਸ ਲਿੰਕਡ ਪੋਲੀਮਰ ਬਣ ਜਾਵੇਗਾ ਜੋ ਜੈਲੀ ਵਰਗਾ ਦਿਸੇਗਾ। ਇਸ ਜੈਲੀ ਨੂੰ ਡਿਸਕ, ਟੈਬਲੇਟ ਆਦਿ ਵਿੱਚ ਬਦਲ ਸਕਦੇ ਹੋ। ਤੁਸੀਂ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਸਕਦੇ ਹੋ। ਤੁਸੀਂ ਇਸ ਨੂੰ ਸੱਪ ਵੀ ਬਣਾ ਸਕਦੇ ਹੋ। ਇਹ ਜੈਲੀ ਖੇਡਣ ਵਾਲੇ ਆਟੇ ਦੀ ਤਰ੍ਹਾਂ, ਭਾਵ ਕਿ ਇਹ ਕਲੇ ਦੀ ਤਰ੍ਹਾਂ ਹੈ, ਜਿਸ ਤੋਂ ਤੁਸੀਂ ਬਹੁਤ ਵਧੀਆ ਜਾਨਵਰ ਅਤੇ ਆਦਿ ਆਕਾਰ ਬਣਾ ਸਕਦੇ ਹੋ। ਇਹ ਬਹੁਤ ਵਧੀਆ ਦਿਖਦੀ ਹੈ।